पिंड सब तेरा वा, तू अंतर जामी पुरख भगवान, दासन दास कहे जन नानक, जेहा तू कराई तेहा हौ करी बखियान। धन वाहिगुरु साहिब जीओ, पिर पाई अड़ा बालड़िए, आनंदन सहजे माती राम, पिर पाई अड़ा बालड़िए, आनंदन सहजे माती राम, गुरमती मन आनंद पया, तित तन मैल नाराती राम, तित तन मैल नाराती, हर प्रभ राती मेरा प्रभ मेल मलाई, अन दिन राबे हर प्रभ अपना, बिचों आप गवाई, गुरमत पाया सहज मलाया, अपनी प्रीत मराती, नानक नाम मिले बड़ियाई, प्रभु राबे रंग रती, नानक नाम मिले बड़ियाई, प्रभ रावे रंग राती, चबर शतर तख दे मालक, साहिबा दे पावन पवित्र मुबारक, चरणा दी हाजरी भर रहे गुरु प्यारियो, आप सारे ही बड़ भागी हो, गुरु साहब जी की रहमत हुई है, आपां जुड़ के बैठन का सुभागा समा प्राप्त होया है। चल रही लड़ी के तहत गुरु की पावन बाणी सुही राग का तीजे पातशाह धन गुरु अमरदास महाराज जी का अगला शब्द आपां पढ़िया है। आओ इसे ही शब्द की जिहड़ी विचार है उसनों आपां आरंभ करिए। आरंभ तो पहला सब ने एक बार कहण ते बोलना जी आखियो, वाहिगुरु जी का खालसा, वाहिगुरु जी की फतेह। धन गुरु अमरदास महाराज जी ने कृपा की है, पिर पाए अड़ा बालड़िए, आनंदन सहजे माती राम। कल भी आप इसी ही शब्द का पहला बंद सुनिया सी, जिस दे विच धन गुरु अमरदास महाराज जी ने सानू समझाया सी कि जे लोड़े बर वालड़िए तां गुरचरणी चित लाए, राम सदा होवे सुहागनी, हर जियो मरे न जाए राम, कि ओ प्रभु परमात्मा पति जिहड़ा साडी जीवात्मा दा मालक है, ओ भाई कदे मरदा नहीं, जिहड़ा मरदा नहीं उहदे नाल अपने आप नूं मेल लै, जिहड़ी चीज खत्म ना होवे, बाकी तां सब आपां वेखदे आ ना, झूठी देखी प्रीत जगत मैं, बस गल खत्म आ, सब कुछ झूठ है, फना होण वाला, नास होण वाला, सब कुछ नासवंत है,
एक परमात्मा पति जिहड़ा कदे नाश नहीं हुंदा उहदे नाल अपनी ऐसी मित्रता ऐसी गंढ गंढ लै जिहड़ी कदे खुले ना कदे टुटे ना। नाल नाल फिर पातशाह ने सानू भी समझाया कि दुनिया दे विच विचरदे होए ना रहिंदे होए आ ते तेरा जीवन दा साथी किहो जिहा होना चाहीदा ਉਹ ਵੀ ਪ੍ਰਣ ਕਰੇ ਵੀ ਮੈਂ ਵੀ ਕਦੇ ਮਰਾਂਗਾ ਨਹੀਂ ਜਿਉਂਦੇ ਹੀ ਰਹਾਂਗਾ। ਤੇ ਉਹਦੀ ਪਰਿਭਾਸ਼ਾ ਆਪਾਂ ਸੁਣ ਲਈ ਸੀ ਵੀ ਜਿਉਂਦਾ ਪਤੀ ਸਰੀਰਕ ਤਲ ਤੇ ਕਿਵੇਂ ਰਹਿ ਸਕਦਾ, ਜਿਉਂਦੇ ਪਤੀ ਤੋਂ ਕੁਝ ਸਿੱਖ ਕੇ, ਬਸ ਇੰਨੀ ਗੱਲ ਆ। ਨਹੀਂ ਆਪਾਂ ਅੰਕੜੇ ਕੱਢੇ ਸੀ ਵੀ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਜਿਹੜੇ ਮਰ ਚੁੱਕੇ ਨੇ, ਭਾਵੇਂ ਸਰੀਰ ਕਰਕੇ ਤੁਰੇ ਫਿਰਦੇ ਨੇ, ਉਦਾਂ ਉਹ ਅੰਦਰੋਂ ਵਿਚਾਰੇ ਖਤਮ ਹੋ ਚੁੱਕੇ ਨੇ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਹੇ ਅਣਜਾਣ ਇਸਤਰੀਏ, ਅਣਜਾਣ ਤੋਂ ਭਾਵ ਨਿਆਣੀ, ਹੋਛੀ ਮਤ ਵਾਲੀ, ਛੋਟੀ ਮਤ ਵਾਲੀ, ਜਿਹੜਾ ਪ੍ਰਭੂ ਪਤੀ ਦਾ ਮਿਲਾਪ ਕੋਈ ਵੀ ਜੀਵ ਇਸਤਰੀ ਹਾਸਲ ਕਰ ਲਵੇ, ਉਹ ਹਰ ਵੇਲੇ ਆਤਮਕ ਆਨੰਦ ਦੇ ਵਿੱਚ ਜ਼ਿੰਦਗੀ ਜਿਉਂਦੀ ਆ, ਉਹ ਹਮੇਸ਼ਾ ਘਬਰਾਉਂਦੀ ਨਹੀਂ ਹੈ। ਉਹਦੇ ਜੀਵਨ ਵਿੱਚ ਦੁੱਖ ਕੀ ਹੈ, ਸੁੱਖ ਕੀ ਹੈ, ਇਹ ਖਿਆਲ ਨਹੀਂ ਉਪਜਦਾ, ਇਹ ਖਿਆਲ ਬਣਦਾ ਨਹੀਂ, ਉਪਜਦਾ ਨਹੀਂ, ਇਹ ਪੈਦਾ ਨਹੀਂ ਹੁੰਦਾ ਗਾ। ਨਹੀਂ ਸਾਡੀ ਜਿਹੜੀ ਜ਼ਿਆਦਾ ਐਨਰਜੀ ਆ ਸਰੀਰਕ ਤਲ 'ਤੇ, ਆਤਮਕ ਤਲ 'ਤੇ, ਉਹ ਇਹਨਾਂ ਕੰਮਾਂ ਦੇ ਵਿੱਚ ਵੇਸਟ ਹੋ ਰਹੀ ਆ। ਦੁੱਖਾਂ ਦੇ ਵਿੱਚ ਬੰਦਾ ਕਿੰਨਾ ਘਬਰਾ ਜਾਂਦਾ ਅਤੇ ਸੁੱਖ ਵਿੱਚ ਕਿੰਨਾ ਇਮੋਸ਼ਨਲ ਹੋ ਜਾਂਦਾ। ਕੱਲ੍ਹ ਵੀ ਆਪਾਂ ਉਧਾਰ ਲਿੱਤੀ ਸੀ, ਅੱਜ ਦਾ ਦੁਖਾਂਤ ਪੂਰੀ ਦੁਨੀਆ ਹੱਲ ਚੁੱਕੀ ਆ। ਕਿਤੇ ਧਰਮ ਦੇ ਨਾਂ 'ਤੇ ਲੜਾਈ, ਕਦੇ ਕਿਸਾਨੀ ਮੁੱਦਿਆਂ ਦੇ, ਫਸਲਾਂ ਦੇ ਸੰਬੰਧੀ ਲੜਾਈ, ਹਰ ਇੱਕ ਚਿੰਤਾ ਦਾ ਸ਼ਿਕਾਰ ਹਰ ਇੱਕ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਜੀ ਦੇ ਹੁਕਮ ਨੂੰ ਨਾ ਪਹਿਚਾਣਦਾ ਹੋਇਆ ਇੱਕ ਦੂਜੇ ਨੂੰ ਦੁਖੀ ਕਰ ਰਿਹਾ ਹੈਗਾ। ਬਸ ਇਹਨੂੰ ਕਹਾਣੀਆਂ, ਜਿਸ ਦਿਨ ਉਹ ਪਰਮਾਤਮਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬੰਦਾ ਜੁੜ ਗਿਆ ਨਾ, ਦੁੱਖਾਂ ਦੀ ਕਹਾਣੀ ਖਤਮ ਹੋ ਜਾਣੀ ਹੈ। ਫਿਰ ਬੰਦਾ ਨਾ ਦੁੱਖ ਵਿੱਚ ਘਬਰਾਵੇ ਅਤੇ ਨਾ ਸੁੱਖ ਵਿੱਚ ਇਮੋਸ਼ਨਲ ਹੋਵੇ। ਚਲੋ ਵਾਹਿਗੁਰੂ ਭਲਾ ਕਰੇ, ਕੋਈ ਇੱਕ ਦੁਨਿਆਵੀ ਤਲ 'ਤੇ ਉਦਾਹਰਣ ਲਿੱਤੀ ਹੈ ਅਤੇ ਦੁਨੀਆਂ ਦੇ ਵਿੱਚ ਸਰੀਰ ਕਰਕੇ ਰੋਗੀ ਬੜੇ ਨੇ, ਆਤਮਕ ਤਲ 'ਤੇ ਬੜੇ ਰੋਗੀ ਨੇ, ਜਿਹੜੇ ਕੇਵਲ ਅਤੇ ਕੇਵਲ ਆਪਣੇ ਜੀਵਨ ਦਾ ਸਭ ਕੁਝ ਮੁਕਾ ਬੈਠੇ ਨੇ, ਹੱਥ ਧੋ ਬੈਠੇ ਨੇ, ਜਿਨ੍ਹਾਂ ਨੂੰ ਇਉਂ ਕਹਿ ਲਈਓ ਵੀ ਕੁਝ ਨਹੀਂ ਸੁੱਝਦਾ, ਨਾ ਸੁੱਝਣ ਦਾ ਕਾਰਨ ਉਹ ਆਪਣੇ ਮੂਲ ਨੂੰ ਟੁੱਟ ਗਏ। ਬਸ ਉਸ ਮੂਲ ਨਾਲੋਂ ਭਟਕੀ ਹੋਈ ਟੁੱਟੀ ਹੋਈ ਜੀਵ ਆਤਮਾ ਨੂੰ ਨਿਆਣੀ ਕਿਹਾ, ਅਣਜਾਣ ਕਿਹਾ, ਤੂੰ ਅਣਜਾਣ ਆ। ਤੇ ਆਪਣੇ ਮਾਲਕ ਜਾਣਕਾਰ ਪਰਮਾਤਮਾ ਦੇ ਗੁਣਾਂ ਨੂੰ ਸਮਝ, ਤੇ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲ ਕੇ ਹੀ ਤੂੰ ਜੀਵਨ ਦਾ ਆਤਮਕ ਆਨੰਦ, ਮਤਲਬ ਸਹਿਜ ਦੀ ਅਵਸਥਾ, ਜੀਵਨ ਦੀਆਂ ਸਾਰੀਆਂ ਖੁਸ਼ੀਆਂ ਤੂੰ ਗੁਰੂ ਕੋਲੋਂ ਪ੍ਰਾਪਤ ਕਰ ਸਕਦੀ ਹੈ। ਫਿਰ ਆਪਾਂ ਦੁਬਾਰਾ ਪੜ੍ਹੀਏ ਪੰਗਤੀ, ਪਾਤਸ਼ਾਹ ਜੀ ਕਹਿੰਦੇ ਫਿਰ ਪਾਏ ਅੜਾਓ ਬਾ ਲੜੀਏ, ਜੇ ਤੈਨੂੰ ਪ੍ਰਭੂ ਪਰਮਾਤਮਾ ਮਿਲ ਪਿਆ, ਅੰਨ ਦਿਨ ਸਹਿਜੇ ਮਾਤੀ ਰਾਮ, ਅੰਨ ਦਿਨ ਦਿਨ ਰਾਤ ਸਹਿਜੇ ਸਹਿਜ ਟਕਾ ਦੇ ਵਿੱਚ ਆਤਮਕ ਆਨੰਦ ਦੇ ਵਿੱਚ, ਸਹਿਜ ਟਕਾ ਆਨੰਦ ਦੇ ਵਿੱਚ ਆਪਣੀ ਜ਼ਿੰਦਗੀ ਜਿਉਂ ਬਸ਼ਰ ਕਰ। ਸਹਿਜੇ ਮਾਤੀ ਰਾਮ, ਫਿਰ ਅੱਗੇ ਪਾਸ ਜ਼ਿਕਰ ਕਰਦੇ ਨੇ, ਗੁਰਮਤੀ ਮਨ ਆਨੰਦ ਭਇਆ, ਗੁਰੂ ਦੀ ਮਤ ਸਦਕਾ ਮੇਰੇ ਜੀਵਨ ਵਿੱਚ ਆਨੰਦ ਆ ਗਿਆ। ਗੁਰਮਤੀ ਮਨ ਆਨੰਦ ਭਇਆ, ਤਿਤ ਤਨ ਮੈਲਣਾ ਰਾਤੀ ਰਾਮ। ਅੱਛਾ, ਹੁਣ ਇੱਥੇ ਗੱਲ ਆ ਦੂਜੀ ਪੰਗਤੀ ਦੇ ਵਿੱਚ, ਕਹਿੰਦੇ ਮੈਲ ਨਾ ਰਾਤੀ, ਕਹਿੰਦੇ ਉਹਨਾਂ ਦੀ ਜ਼ਿੰਦਗੀ 'ਚ ਕਦੇ ਮੈਲ ਨਹੀਂ ਆਉਂਦੀ, ਉਹ ਮੈਲ ਤੋਂ ਰਹਿਤ ਹੁੰਦੇ ਨੇ। ਵੈਸੇ ਆਪਾਂ ਬਹੁਤ ਵਾਰੀ ਮੈਲ 'ਤੇ ਵਿਚਾਰ ਕੀਤੀ ਹੈ, ਵਿਸ਼ੇ ਵਿਕਾਰਾਂ ਦੀ ਮੈਲ ਆ ਇਹ ਬੜੀ ਖਤਰਨਾਕ ਆ, ਇਹ ਲਹਿੰਦੀ ਨਹੀਂ ਹੈ। ਜਿਹੜੀ ਵਿਸ਼ੇ ਵਿਕਾਰਾਂ ਦੀ ਮੈਲ ਆ, ਜਦੋਂ ਇਹ ਲੱਥ ਜਾਵੇ, ਲਹਿ ਜਾਵੇ, ਤੇ ਮਨੁੱਖੀ ਜੀਵਨ ਆ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਲ ਨਹੀਂ ਰਹਿੰਦੀ। ਤੇ ਉਹ ਮੈਲ ਲਾਹੁਣ ਦੇ ਲਈ
केवल ते केवल सानू इक्को दाते दी वाहिगुरु जी दी गुरु की पावन बाणी दी जरूरत आ। ज्ञान आ जिहड़ा उह दुनियावी साडे मन दी विकारां दी मैल नूं कट दिंदा है। उहदा सुआह जिवें सर्फ दा शैंपू साबण इन्हां तत्तां दा सुआग आ वी उह मैल नूं लाह दिंदा। कालापन होवे ठंडापन होवे किसी भी तरह का दाग लग्या होवे साबण शैंपू सर्फ ला दिंदे। वो सर्फ सैबू साबण की आदत आ सुभा उन्होंने कट देनी आ काल सुन। इसे तरह गुरु की पावन बाणी साढ़े मन की जिहड़ी मैल है उन्हूं पातशाह जी कहिंदे कट दिंदी है। मन की मैल लै जांदी लथ जांदी है। जिन्हों कहा गा गुरमती मन आनंद भया तित तन मैल नाराती राम। तित तन मैल नाराती हर प्रभ राती मेरा प्रभ मेल मिलाए। जो मेरे प्रभु परमात्मा दे नाल मेरा जिंदगी दा मेल हो गया मिलाप हो गया उदों मैल कट्टी जानी है। इत्थे गल आपां थोड़ी जिद्दां समझनी पवेगी कि साडा परमात्मा दे नाल मेल नहीं होया। असीं रोज़ रोज़ सुणदे हां वी जदों परमात्मा नाल मिलाप हो गया जदों गुरु नूं मिल पे जदों गुरु नाल जुड़ गए। ये रोज़ दी गल आ एक स्टेज नहीं हर एक स्टेज दी गल आ हर एक थां दी गल आ। पर ये वेखना भी की असीं अजे तक परमात्मा नूं मिले नहीं हां नहीं ते जवाब की है साडी सुरत ने जवाब देना साडी अंतर आत्मा ने जवाब देना भी अजे तक असी मिले नहीं हाँ भाई ना मिलना दूर है। अजे तक तो आपां अरदास करदे हां अजे तक तो आपां बेनती करदे हां अजे तक तो उस पर परमात्मा अगे फरियाद करदे हां भी सानू परमात्मा जियो गुरु जियो अपने नाल मिला लै। रोज आपां बेनती भी करदे हां ना दरमान दे ठंडे दरबार तुझ बिन सुरत करै को मेरी दर्शन दी जय खोल कबार। अजे तां रोज उही शब्द पढ़ रहे ना दर्शन देख जीवा गुर तेरा। अजे तां मंग रहे हैं दर्शन दे मिल मिल मेरे प्रीत मां जियो तुद बिन खरी निमाणी। हे मेरे मालक मेरे प्रीतम जी मैनू मिल मिल मेरे प्रीतमा जी तुद बिन हौ तुद बिन मैं तेथों बिना खरी खड़ा निमाणा बन के खड़ांगा। अजे तक साडा मिलाप नहीं होया। हाँ जिन्हां रूहां का मिलाप हो जाता उन्हां दी जिंदगी का जिहड़ा सुभाव बदल जाता। प्रभ मिलने की ये निशानी मन एको सच्चा सदा तृप्ता से मन दे विच सच आ जांदा ते बंदा तृप्त हो जांदा है। निशानियां परमात्मा नूं मिलण दी चेता रखियो कदे वो वाहिगुरु परमात्मा ना जां साडे गुरु बारे इदां दा तुहानूं ख्याल नहीं मिलेगा भी साडा गुरु जां जिहड़ा गुरु सानूं वह परमात्मा की मत ते तोरन दा संदेश दिंदा वह कदे लोभी नहीं होए। उन्होंने तो की लोभी होना पातशाह जी कहिंदे उन्हां दे सेवकां दे जीवन विच भी कदे लोभ रत नहीं होंदा। उन्हां दे सेवकां दे जीवन विच कदे लोभ रत नहीं होंदा। उन्हां दे जीवन विचों लोभ रूपी रत खून मच जांदा खत्म हो जांदा। ਤੇ ਨਹੀਂ ਗੱਲ ਜ਼ਰੂਰ ਪੱਤਿਆ ਕਿ ਦੇਖੋ ਜੋ ਆਪਾਂ ਆਪਣੀ ਅੱਖ ਨਾਲ ਵੇਖ ਲੈਂਦੇ ਹਾਂ ਨਾ ਤੇ ਬੰਦਾ ਉਸ ਚੀਜ਼ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦਾ ਹੁੰਦਾ। ਆਪਾਂ ਸਾਰੇ ਇੱਕ ਵਾਰੀ ਆਪਣੇ ਅੰਦਰ ਧਿਆਨ ਮਾਰ ਕੇ ਦੇਖੀਏ ਵੀ ਸਾਡਾ ਸੁਭਾਅ ਸੇਮ ਹੀ ਹੈ ਇਵੇਂ ਹੈ ਨਾ। ਜਦੋਂ ਵੀ ਅਸੀਂ ਆਪਣੀ ਸਰੀਰਕ ਅੱਖ ਦੇ ਨਾਲ ਕੁਛ ਵੇਖ ਲਿਆ ਤੇ ਬੰਦਾ ਉਹ ਖੋਣਾ ਚਾਹੁੰਦਾ ਇਹ ਮੇਰੇ ਹੱਥ ਵਿੱਚ ਇਹ ਮੇਰੇ ਕਬਜ਼ੇ ਵਿੱਚ ਇਹ ਮੇਰੇ ਘਰ ਵਿੱਚ ਹੋਣਾ ਚਾਹੀਦਾ ਜੋ ਮੈਂ ਵੇਖਿਆ। ਪਰ ਸਦਕੇ ਜਾਈਏ ਗੁਰੂ ਤੋਂ ਪਰਮਾਤਮਾ ਤੋਂ ਜਿਹੜਾ ਵਾਹਿਗੁਰੂ ਪਰਮਾਤਮਾ ਸਭ ਦਾਤਾਂ ਦੇਣ ਵਾਲਾ ਆਪਣਾ ਜ਼ਿਕਰ ਸੀ ਸਾਡਾ ਨਾ ਪਰਮਾਤਮਾ ਨਾ ਸਾਡਾ ਗੁਰੂ ਨਾ ਗੁਰੂ ਦਾ ਸੇਵਕ ਲੋਭ ਰਤ ਖੂਨ ਤੋਂ ਪਾਸੇ ਆ। ਉਹਨਾਂ ਦੇ ਜੀਵਨ ਵਿੱਚ ਲੋਭੀ ਵਰਤੀ ਨਹੀਂ ਹੈ। ਉਹ ਤਾਂ ਸਾਨੂੰ ਨਾ ਇਤਿਹਾਸ ਪੜ੍ਹਿਆ ਪਤਾ ਲੱਗਦਾ ਜੇ ਲੋਭੀ ਵਰਤੀ ਹੁੰਦੀ ਤਾਂ ਗੁਰੂ ਕੇ ਸਿੱਖ ਵਿਕ ਜਾਂਦੇ।
ਉਹ ਆਪਣੀਆਂ ਜ਼ਮੀਰਾਂ ਨੂੰ ਨਿਲਾਮ ਕਰ ਦਿੰਦੇ ਨਹੀਂ। ਸ਼ਾਇਦ ਉਹ ਕਹਾਣੀ ਅੱਜ ਦੀ ਹੈ ਵੀ ਅੱਜ ਸਾਡਾ ਜਿਹੜਾ ਜੀਵਨ ਹੈਗਾ ਉਹ ਭਾਈ ਅੰਦਰਲੇ ਤਲ ਤੇ ਵਿਕ ਚੁੱਕਿਆ, ਖਤਮ ਹੋ ਚੁੱਕਿਆ। ਸੋ ਵਾਹਿਗੁਰੂ ਭਲਾ ਕਰੇ, ਕਹਿਣ ਤੋਂ ਮੁਰਾਦ ਵੀ ਸਾਡੇ ਗੁਰੂ ਚ ਵੀ ਲੋਭ ਰਤ ਨਹੀਂ ਹੈ ਤੇ ਸਾਡੇ ਪਰਮਾਤਮਾ ਵਿੱਚ ਵੀ ਲੋਭ ਰਤ ਨਹੀਂ, ਤੇ ਜਿਹੜਾ ਗੁਰੂ ਦਾ ਪਰਮਾਤਮਾ ਦਾ ਸੇਵਕ ਬਣ ਗਿਆ ਉਹਨਾਂ ਦੇ ਜੀਵਨ ਵਿੱਚ ਵੀ ਲੋਭ ਰੂਪੀ ਖੂਨ, ਲੋਭ ਰੂਪੀ ਰਤ ਨਹੀਂ ਹੈ। ਇੱਥੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਫਿਰ ਜਦੋਂ ਸਾਡੇ ਜੀਵਨ ਚੋਂ ਲੋਭ ਰੂਪੀ ਰਤ ਖਤਮ ਹੋ ਗਈ ਨਾ, ਫਿਰ ਅਸੀਂ ਉਹ ਵਾਹਿਗੁਰੂ ਪਰਮਾਤਮਾ ਨੂੰ ਮਿਲ ਪਾਵਾਂਗੇ। ਇਹ ਨਿਸ਼ਾਨੀ ਆ, ਲੋਭ ਰੂਪੀ ਰਤ ਖਤਮ ਹੋਣ ਤੇ ਹੀ ਉਹਦਾ ਮਿਲਾਪ ਹੈ, ਨਹੀਂ ਉਹਨਾਂ ਟਾਈਮ ਅਸੀਂ ਮੰਗ ਮੰਗਦੇ ਰਹਾਂਗੇ ਵੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਮਾਂ ਦੇ ਠੰਡੇ ਦਰਬਾਰ। ਜਾਂ ਆਪਾਂ ਪੜ੍ਹਿਆ ਸੀ ਨਾ, ਮਿਲ ਮੇਰੇ ਪ੍ਰੀਤਮਾ ਜੀਓ ਹੋਂ ਤੁਧ ਬਿਨ ਖਰੀ ਨਮਾਣੀ, ਇੱਦਾਂ ਫਿਰ ਅਸੀਂ ਬੋਲਦੇ ਰਹਾਂਗੇ, ਅਸੀਂ ਮੰਗਦੇ ਰਹਾਂਗੇ ਦੀਦਾਰ। ਅਰਦਾਸ ਵਿੱਚ ਰੋਜ਼ਾਨਾ ਮੰਗਦੇ ਵੀ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਮੰਗਦੇ ਹਾਂ। ਚਲੋ ਵਾਹਿਗੁਰੂ ਭਲਾ ਕਰੇ, ਕਹਿੰਦੇ ਫਿਰ ਉਹਨਾਂ ਨੂੰ ਵਾਹਿਗੁਰੂ ਜੀ ਦਰਸ਼ਨ ਦੀਦਾਰ ਦਿੰਦੇ ਨੇ ਜੋ ਆਪਣੇ ਜੀਵਨ ਚੋਂ ਹਉਮੈ ਲੋਭ ਵਿਕਾਰ ਰੂਪੀ ਮਤ ਨੂੰ ਕੱਢ ਕੇ ਆਉਂਦੇ ਨੇ। ਜਿੱਥੇ ਜੁੱਤੀ ਲਾਹ ਆਉਂਦੇ ਨਾ, ਜੋੜੇ ਲਾਹ ਦਾ ਬੰਦਾ ਉੱਥੇ ਲਾਹ ਕੇ ਆਉਂਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸੁਭਾਅ ਵੀ ਇਹੀ ਆ, ਪਹਿਲੇ ਪੰਗਤ ਪਾਛੈ ਸੰਗਤ। ਜੇ ਤਾਂ ਮਨਜ਼ੂਰ ਆ ਦਰਸ਼ਨ ਹੋ ਜਾਣਗੇ, ਨਹੀਂ ਮਨਜ਼ੂਰ ਆ ਤਾਂ ਦਰਸ਼ਨ ਨਹੀਂ ਹੋਣਗੇ। ਆਪਾਂ ਮੰਗ ਮੰਗੀ ਆ ਨਾ, ਹੁਣ ਇਹ ਤੀਜੇ ਪਾਤਸ਼ਾਹ ਦੇ ਦਰਬਾਰ ਦਾ ਇੱਕ ਸੁਭਾਗ ਆ, ਨਿਯਮ ਆ, ਕਾਨੂੰਨ ਆ ਵੀ ਪਹਿਲਾਂ ਭਾਈ ਤੁਹਾਨੂੰ ਗੁਰੂ ਦੀ ਗੱਲ ਨੂੰ ਮੰਨਣਾ ਪਵੇਗਾ। ਮੰਨਣਾ ਕੀ ਆ, ਗੁਰੂ ਪਾਤਸ਼ਾਹ ਕਿਸੇ ਦਾ ਕਤਲ ਨਹੀਂ ਕਰਵਾਉਂਦੇਗੇ, ਉਹ ਮਨਾਉਂਦੇ ਕੀ ਨੇ, ਪਹਿਲਾਂ ਪੰਗਤ ਤੂੰ ਇਮਾਨਦਾਰੀ ਨਾਲ ਵੇਖ, ਇਮਾਨਦਾਰੀ ਨਾਲ ਵੇਖਣ ਦਾ ਯਤਨ ਕਰ ਵੀ ਪੰਗਤ ਵਿੱਚ ਬੈਠ ਸਕਦਾ, ਜੇ ਬੈਠ ਸਕਦਾ ਨਾ ਤਾਂ ਹੋ ਸਕਦਾ ਤੈਨੂੰ ਗੁਰੂ ਦਾ ਦੀਦਾਰ ਹੋ ਜਾਵੇ, ਫਿਰ ਸੰਗਤ ਵਿੱਚ ਬੈਠਣਾ ਪਊਗਾ। ਸੰਗਤ ਵਿੱਚ ਬੈਠ ਕੇ ਫਿਰ ਕੁਝ ਸੁਣਨਾ ਤੇ ਕੁਝ ਦੱਸਣਾ ਬੋਲਣਾ ਵੀ ਆ, ਇਹ ਦੋਨੇ ਕੰਮ ਕਰਨੇ ਪੈਣਗੇ। ਦੇਖ ਲਾ ਜੀ ਤਿਆਰ ਆ ਤਾਂ ਚਲੋ ਵਾਹਿਗੁਰੂ ਦੀ ਜੋ ਇਹ ਸਾਡੇ ਤੱਕ ਹੁਕਮ ਆਇਆ ਨਾ, ਇਹਨੂੰ ਕੋਈ ਵਿਰਲਾ ਵਿਰਲਾ ਮੰਨ ਲੈਂਦਾ। ਗੱਲ ਸੀ ਆਪਣੀ ਦੀਦਾਰ ਦਰਸ਼ਨ ਕਰਨ ਦੀ ਵੀ ਅਸੀਂ ਰੋਜ਼ ਮੰਗ ਮੰਗਦੇ ਹਾਂ। ਫਿਰ ਆਪਾਂ ਨੂੰ ਪਤਾ ਅਨੇਕੀ ਰਾਜੇ ਰਾਣੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ, ਰੱਬੀ ਪਿਆਰਿਆਂ ਦੇ ਦਰਸ਼ਨ ਕਰਨ ਜਾਂਦੇ ਨੇ, ਜਾਂਦੇ ਹਨ। ਇਹ ਨਹੀਂ ਹੈ ਵੀ ਨਹੀਂ ਜਾਂਦੇ, ਬੜੇ ਰਾਜੇ ਨੇ ਜਿਹੜੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਗਵੋ ਲੈਂਦੇ ਨੇ, ਆਪਣੇ ਆਪ ਨੂੰ ਗੁੜੋ ਲੈਂਦੇ ਨੇ, ਖਵੋ ਲੈਂਦੇ ਨੇ, ਗਰਸੇ ਜਾਂਦੇ ਨੇ। ਉਹਨਾਂ ਦੇ ਦਿਮਾਗ ਵਿੱਚ ਇੰਨਾ ਹੰਕਾਰ ਹੁੰਦਾ ਵੀ ਉਹ ਕਈ ਕਈ ਵਾਰ ਰੱਬ ਦੇ ਪਿਆਰਿਆਂ ਦੀ ਰਮਜ ਵੀ ਨਹੀਂ ਸਮਝਦੇ। ਇੱਕ ਵਾਰ ਨਾ ਕਹਿੰਦੇ ਗੁਰੂ ਨਾਨਕ ਸਾਹਿਬ ਆਪਣੇ ਸਮਾਜ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਪ੍ਰਚਾਰਕ ਦੌਰਿਆਂ ਦੇ ਦੌਰਾਨ ਕੌਚੀਨ ਦਾ ਜ਼ਿਕਰ ਆਉਂਦਾ ਗਾ, ਉੱਥੇ ਚਲੇ ਗਏ ਤੇ ਪਾਤਸ਼ਾਹ ਨੇ ਆਪਣਾ ਬਾਹਰ ਬਾਹਰ ਪੜਾਅ ਕੀਤਾ। ਸੰਗਤ ਰੋਜ਼ਾਨਾ ਪਹੁੰਚਦੀ ਆ, ਉੱਥੋਂ ਦਾ ਇੱਕ ਰਾਜਾ ਸਮਰਾਟ ਬਹੁਤ ਵੱਡਾ ਧਨੀ ਰਾਜਾ, ਤੇ ਰਾਜਾ ਵੀ ਹੋਵੇ ਤੇ ਸੰਗਤ ਵਿੱਚ ਜਾਵੇ ਇਹ ਤਾਂ ਉਹਦੇ ਲਈ ਗੱਲ ਜਚਦੀ ਨਹੀਂ ਹੈ। ਪਰ ਉਹਨੇ ਆਪਣੇ ਸੇਵਕ ਆਪਣੇ ਅਹਿਲਕਾਰ ਭੇਜ ਦਿੱਤੇ ਵੀ ਜਾ ਕੇ ਸੁਨੇਹਾ ਲਾਓ, ਜਿਹੜਾ ਰੱਬ ਦਾ ਪਿਆਰਾ ਹੈ ਨਾ, ਜਿਹਦਾ ਲੋਕ ਇੰਨਾ ਜਾਸ ਕਰਦੇ ਨੇ, ਬੜਾ ਚੰਗਾ ਬੜਾ ਵਧੀਆ ਬੰਦਾ ਗਾ, ਉਹਨੂੰ ਕਹੋ ਜਾ ਕੇ ਵੀ ਤੈਨੂੰ ਰਾਜੇ ਨੇ ਬੁਲਾਇਆ। ਜਦੋਂ ਹੁਣ ਸੇਵਕ ਗਏ ਨਾ, ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਕੀਤੀ ਵੀ ਤੁਹਾਨੂੰ ਰਾਜੇ ਨੇ ਬੁਲਾਇਆ, ਜਿਹੜੀ ਵੀ ਤੁਸੀਂ ਇੱਥੇ ਗੱਲਬਾਤ ਕਰਦੇ ਹੋ ਨਾ ਉਹ ਰਾਜੇ ਦੇ ਦਰਬਾਰ ਵਿੱਚ ਕਰੋ, ਇੱਥੇ ਕਿਉਂ ਬੈਠੇ ਹੋ ਆ ਗਰੀਬ ਲੋਕਾਂ ਦੇ ਵਿੱਚ। ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਆਪਣੇ ਮੁੱਖੋਂ ਗੱਲ ਕਹੀ ਆ, ਉਹ ਗੱਲ ਕਿਹੜੀ ਆ ਵੀ ਤੁਹਾਡੇ ਰਾਜੇ ਦਾ ਜਾ ਕੇ ਕਹਿ ਦਿਓ ਦਰਵਾਜ਼ਾ ਛੋਟਾ ਗਾ, ਉਹ ਭੀੜਾ ਦਰਵਾਜ਼ਾ ਤੇ ਉੱਥੋਂ ਦੀ ਸਾਥੋਂ ਲੰਘਿਆ ਨਹੀਂ ਜਾਣਾ। ਜਿਹੜੇ ਹੁਣ ਰਾਜੇ ਦੇ ਨੌਕਰ ਸੇਵਕ ਸੁਨੇਹਾ ਲੈ ਕੇ ਗਏ ਨਾ, ਉਹ ਹੈਰਾਨ ਹੈਰਾਨ ਕਿਸ ਗੱਲ ਤੇ ਆ ਵੀ ਯਾਰ
ਇਹ ਜਿਹੜਾ ਰੱਬ ਦਾ ਪਿਆਰਾ ਨਾ ਫਕੀਰ ਬੰਦਾ ਗਾ ਇਹਨੇ ਗੱਲ ਕਿਉਂ ਕਹੀ, ਕਾਰਨ ਕੀ ਹੈ ਇਹਦਾ? ਉਸ ਗੱਲ ਤੇ ਹੈਰਾਨ ਨੇ ਵੀ ਛੋਟਾ ਜਿਹਾ ਸਰੀਰ ਆ, ਗੱਲ ਇਹਨਾਂ ਨੇ ਕੀਤੀ ਆ ਵੀ ਰਾਜੇ ਦਾ ਦਰਬਾਰ ਅੰਦਰ ਜਾਣ ਦੇ ਲਈ ਗੇਟ ਆ ਜਿਹੜਾ ਉਹ ਭੀੜਾ, ਉਹਦੇ ਵਿੱਚੋਂ ਦੀ ਸਾਥੋਂ ਲੰਘਿਆ ਨਹੀਂ ਜਾਣਾ। ਹੁਣ ਰਾਜੇ ਨੇ ਆਪਣੇ ਰਾਜਪਣ ਦੇ ਹੰਕਾਰ ਵਿੱਚ ਆਵਾਜ਼ ਮਾਰੀ ਆ ਵੀ ਸੱਦਿਆ, ਗੁਰੂ ਸਾਹਿਬ ਨੂੰ ਬੁਲਾਵਾ ਭੇਜਿਆ, ਕਿਉਂਕਿ ਤਾਂ ਸੁਭਾਅ ਨਾ ਗੁਰੂ ਨਾਨਕ ਸਾਹਿਬ ਦਾ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ ਨੇ ਕਿਸੇ ਵੇਖਿਓ ਧਿਆਨ ਨਾਲ ਸਿੱਧੇ ਤੌਰ 'ਤੇ ਕਿਸੇ ਅਮੀਰ ਪੁਰਖ ਦੇ ਘਰ ਨਹੀਂ ਗਏ। ਦੇਖੋ ਗੁਰੂ ਸਾਹਿਬ ਦਾ ਅਮੀਰਾਂ ਨਾਲ ਵਿਰੋਧ ਨਹੀਂ, ਕੋਈ ਨਫ਼ਰਤ ਨਹੀਂ ਹੈ, ਪਰ ਉਹਨਾਂ ਦੀਆਂ ਆਦਤਾਂ ਹੀ ਅਜਿਹੀਆਂ ਸਨ ਵੀ ਗੁਰੂ ਸਾਹਿਬ ਨੂੰ ਪਸੰਦ ਨਹੀਂ ਆਏ ਉਹ ਲੋਕ। ਮਲਕ ਭਾਗੋ ਦ੍ਰਿਸ਼ਟਾਂਤ ਬਹੁਤ ਵਾਰ ਲਿਆਤਾ ਨਾ, ਭਾਵ ਗੁਰੂ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਨੇ ਖਿੱਚ ਕੇ, ਵਾਲੀ ਗੱਲ ਇਹ ਵੀ ਖਿੱਚ ਕੇ ਲੈ ਜਾਂਦੇ ਨੇ ਵੀ ਚਲੋ ਤੁਸੀਂ ਨਹੀਂ ਦੇਖ ਲਓ ਵੀ ਤੁਹਾਨੂੰ ਕੁੱਟਿਆ ਜਾਊ, ਮਾਰਿਆ ਜਾਊ, ਘੜੀਸਿਆ ਜਾਊਗਾ। ਜਿੱਥੇ ਵੀ ਪਾਤਸ਼ਾਹ ਗਏ ਨੇ ਚਲੋ ਇੱਦਾਂ ਦੀ ਕਹਾਣੀ ਬਣਦੀ ਰਹੀ, ਆਵਾਜ਼ ਪੈਂਦੀ ਰਹੀ ਵੀ ਤੂੰ ਆ ਜਾ, ਤੇ ਗੁਰੂ ਸਾਹਿਬ ਇੱਕ ਸ਼ਰਤ ਦੇ ਤਹਿਤ ਜਾਂਦੇ ਰਹੇ ਨੇ, ਤੇਰੇ ਘਰੇ ਆ ਜਾਵਾਂਗੇ ਪਰ ਤੈਨੂੰ ਗੱਲ ਸੁਣ ਕੇ ਨਾ ਮੰਨਣੀ ਪਵੇਗੀ। ਸ਼ਾਇਦ ਜਿੱਦੇ ਅਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਲਿਜਾਂਦੇ ਨਾ, ਉਹਦੇ ਗੁਰੂ ਕਹਿੰਦਾ ਵੀ ਮੈਂ ਤੇਰੇ ਘਰੇ ਵਗ ਚੱਲੂ ਪਰ ਮੇਰੀ ਗੱਲ ਸੁਣ ਕੇ ਮੰਨਣੀ ਪਵੇਗੀ। ਅੱਜ ਦਾ ਸਿੱਖ ਉਹਨਾਂ ਰਾਜੇ ਮਹਾਰਾਜਿਆਂ ਨਾਲੋਂ ਗਿਰ ਚੁੱਕਿਆ ਗਾ, ਉਹਨਾਂ ਨੇ ਤਾਂ ਗੱਲ ਸੁਣ ਕੇ ਮੰਨ ਲਈ ਪਰ ਅਸੀਂ ਗੱਲ ਸੁਣ ਕੇ ਮੰਨ ਨਹੀਂ ਰਹੇ। ਅਸੀਂ ਤਾਂ ਪਰਦਾ ਪਾ ਕੇ ਗਲਤ ਕੰਮ ਕਰਦੇ ਨਾ, ਗੁਰੂ ਕਹਿੰਦਾ ਬਿਲਕੁਲ ਹੀ ਸਦਾ ਲਈ ਗਲਤ ਕੰਮ ਨਹੀਂ ਕਰਨਾ, ਅਸੀਂ ਪਰਦਾ ਪਾ ਕੇ ਵੀ ਗਲਤ ਕੰਮ ਕਰ ਲੈਂਦੇ ਹਾਂ ਤੇ ਹਾਲ ਵੀ ਸਾਡੇ ਤਾਈਓ ਭਾਈ ਬੁਰੇ ਨੇ। ਚਲੋ ਇੱਥੇ ਪਾਤਸ਼ਾਹ ਜੀ ਕਹਿੰਦੇ ਵੀ ਤੁਹਾਡੇ ਰਾਜ ਮਹਿਲ ਦਾ ਦਰਵਾਜ਼ਾ ਛੋਟਾ ਗਾ, ਵੱਡਾ ਦਰਵਾਜ਼ਾ ਨਹੀਂ ਹੈ। ਹੁਣ ਇਵੇਂ ਜਿਵੇਂ ਆ ਕੇ ਉਹਨਾਂ ਸੇਵਕਾਂ ਨੇ ਰਾਜੇ ਦੇ ਨੌਕਰਾਂ ਚਾਕਰਾਂ ਨੇ ਦੱਸ ਦਿੱਤਾ ਵੀ ਉਹਨੇ ਤਾਂ ਇਉਂ ਕਿਹਾ, ਰਾਜਾ ਹੈਰਾਨ। ਦੂਜੇ ਦਿਨ ਫਿਰ ਸੁਨੇਹਾ, ਤੀਜੇ ਦਿਨ ਫਿਰ ਸੁਨੇਹਾ, ਤਿੰਨੇ ਦਿਨ ਗੁਰੂ ਸਾਹਿਬ ਇਹੀ ਗੱਲ ਕਹਿੰਦੇ ਰਹੇ ਵੀ ਰਾਜੇ ਨੂੰ ਜਾ ਕੇ ਕਹਿ ਦਿਓ ਵੀ ਰਾਜੇ ਦੇ ਮਹੱਲ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੇ ਦਰਵਾਜ਼ੇ ਵੱਲ ਨਿਗਾਹ ਮਾਰੇ, ਉਹਦਾ ਦਰਵਾਜ਼ਾ ਛੋਟਾ ਗਾ, ਸਾਥੋਂ ਉੱਥੋਂ ਦੀ ਲੰਘਿਆ ਨਹੀਂ ਜਾਣਾ। ਜਦੋਂ ਰਾਜੇ ਨੇ ਤਿੰਨ ਸੁਨੇਹੇ ਭੇਜਿਆ ਨਾ, ਤਿੰਨਾਂ ਸੁਨੇਹਾਂ ਦੇ ਵਿੱਚ ਇਹੀ ਗੱਲ ਆਈ ਆ, ਰਾਜਾ ਮਤਲਬ ਕਿ ਅੰਦਰੋਂ ਬੁਖਲਾਹਟ ਵਿੱਚ ਆ ਗਿਆ, ਘਬਰਾ ਗਿਆ, ਉਹ ਆਪਣੇ ਨੌਕਰਾਂ ਚਾਕਰਾਂ ਦੇ ਨਾਲ ਚਲਾ ਗਿਆ। ਹੁਣ ਰਾਜੇ ਦੇ ਜਾਣ ਬਾਰੇ ਪਹਿਲਾਂ ਪਤਾ ਲੱਗ ਗਿਆ ਨਾ, ਅਹਿਲਕਾਰ ਮੂਹਰੇ ਗਏ, ਰਸਤੇ ਸਾਫ਼ ਕੀਤੇ ਵੀ ਰਾਜਾ ਜੀ ਜਾ ਰਹੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਪੜਾਅ ਲੱਗਿਆ ਹੋਇਆ ਨਾ, ਤੇ ਉੱਥੇ ਪੜਾਅ ਦੇ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਬਰੋਬਰ ਐਨ ਜਮਾਂ ਬਿਲਕੁਲ ਸਾਫ਼ ਜਗ੍ਹਾ ਕਰਕੇ ਵਧੀਆ ਵਿਛਾਈ ਵਿਛਾ ਦਿੱਤੀ ਗਈ ਗੁਰੂ ਸਾਹਿਬ ਦੇ ਬਰੋਬਰ। ਆਪਣੀ ਗੱਲ ਸੀ ਵੀ ਜੇ ਦਰਸ਼ਨ ਕਰਨੇ ਨੇ, ਜ਼ਿਕਰ ਸੀ ਇੱਥੇ ਦਰਸ਼ਨ ਦਾ ਵੀ ਆਪਾਂ ਮੰਗ ਰਹੇ ਹਾਂ ਪਰ ਅਜੇ ਤੱਕ ਹੋਏ ਨਹੀਂ, ਉਹਦਾ ਕਾਰਨ ਕੀ ਆ? ਬਸ ਜਿਹੜੀ ਆਪਾਂ ਕਹਾਣੀ ਸੁਣੀ ਹੈ ਨਾ, ਕਾਰਨ ਇਹੀ ਆ ਵੀ ਦਰਸ਼ਨ ਕਿਉਂ ਨਹੀਂ ਹੋਏਗੇ। ਹੁਣ ਜਦੋਂ ਇੱਕ ਬੰਨੇ ਤਾਂ ਗੁਰੂ ਨਾਨਕ ਸਾਹਿਬ, ਆਮ ਸੰਗਤ ਵਿੱਚ ਜਿਵੇਂ ਸੰਗਤ ਉਵੇਂ ਗੁਰੂ ਨਾਨਕ ਸਾਹਿਬ, ਇੱਕ ਬੰਨੇ ਰਾਜੇ ਦੇ ਅਹਿਲਕਾਰਾਂ ਨੇ ਜਾ ਕੇ ਉਹ ਧਰਮਸ਼ਾਲਾ ਨੂੰ ਸਾਫ਼ ਕੀਤਾ, ਵਿਛਾਈ ਕੀਤੀ ਕੇਵਲ ਰਾਜੇ ਲਈ, ਰਾਜੇ ਲਈ ਸੋਹਣੀ ਚੰਦਨ ਦੀ ਚੌਂਕੀ ਲਾਈ, ਉੱਪਰ ਬਹਾਇਆ ਗਿਆ। ਪਰ ਚੇਤਾ ਰੱਖਿਓ ਗੁਰੂ ਨਾਨਕ ਸਾਹਿਬ ਨੇ ਰੱਤੀ ਭਰ ਵੀ, ਆਪਾਂ ਇਉਂ ਕਹਿ ਲਓ ਇੱਕ ਅੱਖ ਦੇ ਫੋਰ ਜਿੰਨਾ ਵਕਤ ਵੀ ਰਾਜੇ ਵੱਲ ਤੱਕੇ ਨਹੀਂ ਹਨ। ਮੰਨ ਲਓ ਕੋਈ ਅਮੀਰ ਪੁਰਖ ਇੱਥੇ ਆਵੇ ਨਾ, ਜੇ ਤਾਂ ਆਪਾਂ ਗੁਰੂ ਨੂੰ ਭੁੱਲ ਕੇ ਸਾਰੇ ਖੜੇ ਹੋ ਗਏ, ਫਿਰ ਤਾਂ ਇਉਂ ਮੰਨ ਲਓ ਵੀ ਉਹ ਚੰਬਲ ਗਿਆ ਜਿਹੜਾ ਆ ਗਿਆ, ਠੀਕ ਆ ਨਾ? ਉਹ ਭਾਵੇਂ ਨਸ਼ੇ ਕਰਦਾ, ਸਿਗਰਟਾਂ ਪੀਂਦਾ, ਬੀੜੀਆਂ ਪੀਂਦਾ, ਬੜੇ ਮੰਤਰੀ ਨੇ ਆਉਂਦੇ ਨੇ, ਬੇਕੁਲ ਗਲੇ ਪਏ ਹੁੰਦੇ ਨੇ, ਪਰ ਅਸੀਂ ਮਗਰ ਮਗਰ ਫਿਰਦੇ ਰਹਿੰਦੇ ਹਾਂ ਕਿ ਪਤਾ ਨਹੀਂ ਕਿਉਂ ਸਾਨੂੰ ਗੁਰੂ 'ਤੇ ਯਕੀਨ ਨਹੀਂ, ਭਰੋਸਾ ਨਹੀਂ ਹੈ ਵੀ ਜੋ ਕੁਝ ਕਰਨਾ ਨਹੀਂ ਕਰਨਾ, ਵੀ ਸਾਨੂੰ ਯਾਰ ਲੋੜ ਕੀ ਆ, ਮਤਲਬ ਕੀ ਆ, ਹੈ ਨਾ? ਜੇ ਤਾਂ ਸਾਡਾ ਸੁਭਾਅ ਬਣ ਗਿਆ ਇੱਦਾਂ ਦਾ ਵੀ ਅਸੀਂ ਫੋਕੀ ਆਓ ਭਗਤੀ ਸ਼ੁਰੂ ਕਰ ਦਿੱਤੀ, ਫਿਰ ਤਾਂ ਇਉਂ ਕਹਿ ਲਓ ਵੀ ਅਸੀਂ ਗੁਰੂ ਨੂੰ ਟੁੱਟ ਗਏ, ਗੁਰੂ ਨਾਲ ਸਾਡਾ ਕੋਈ ਮਿਲਾਪ ਨਹੀਂ, ਸਾਡਾ ਕਿਸੇ ਸਰੀਰ ਨਾਲ ਮਿਲਾਪ ਆ, ਫਿਰ ਤਾਂ ਉਹ ਬੰਦਾ ਵਿਅਕਤੀ ਆ ਨਾ ਥੋੜ੍ਹਾ ਜਿਹਾ ਕੀ ਹੋ ਜਾਵੇਗਾ, ਚੰਬਲ ਜਾਵੇਗਾ। ਅਤੇ ਜੇ ਉਹਦੀ ਅਮੀਰੀ ਵੱਲ, ਉਹਦੀ ਲੀਡਰੀ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਉਹ ਚੁੱਪ ਕਰ ਜੂ ਵੀ ਲੋਕ ਸਮਝਦਾਰ ਨੇ ਯਾਰ, ਵੀ ਜਿਹੜੇ ਮੇਰੀ ਪਰਵਾਹ ਹੀ ਨਹੀਂ ਮੰਨਦੇ ਗੇ।
आया गा कोई गल नहीं, मत्था टेक के बह जा, चाह पानी बना, शकला मुड़ जा, कोई बड़ी गल नहीं है। इदां दा सुभा ना, फिर तो ठीक आ, आम संगत विच आम ही बन के आया गा, खास बन के नहीं आया। तो जे वह खास बन के आ गया फिर गुरु साहब ने पिट कर ली, वह कहिंदे नहीं दर्शन नहीं होने गे, रहन दो। ते हुण गुरु नानक साहिब दे दरबार विच इत्थे राजा ना, सम्राट राजा एक अपने वल्लों बड़प्पण दे विच गया, स्पैशल चौंकी लगी है, स्पैशल आसन लग्या। गुरु नानक साहिब ने अख दा फोर जिन्ना वक्त भी राजे वल निगाह नहीं मारी। इउं मान लो राजा बिलकुल कच्चा हो गया, भी यार कहे जा बंदा गा, लोग बी एसे मंगरी लागे, मेरी परवाह ही नहीं मनी किसी ने, मैं राजा दरबार विच आया, इन्हां दी जो सभा लगी उह सभा विच आया, किसी ने परवाह नहीं मनी। चलो मान लो अखीर तन सुनेहे लाए, राजा बरोबर जाके चौंकी ला के बैठ गया, आसन ते अपने ते सज गया, गुरु साहब ते संगत एक रत्ती भर भी राजे वल तक नहीं सके। निम्रता दे विच आके ना राजे दा थोड़ा जिहा सुभाव बदलिया, हंकारीपण तो निकलिया, अपनी इन्नी को भाव बेइज्जती करवा के। जदों अगली गल कही ना, ऐ रब दे बंदे फकीर साई, रब दे साई मैं तैनूं बेनती करदा, तन सुनेहे लाए तां वी तूं मेरे सुनेहां दी गल सुनी नहीं, अणसुनी कर दिती, मैं खुद चल के आया, तू मेरी भी नहीं परवाह मनी, चल मैं तेनू बुला लैना। हुण सीधा डंडा भाव अंदरों हो गया, मैं तेनू बुला लैना गा ना, डंडौत मैं कर लैना गा। गुरु साहब कहिंदे नहीं, साडा सुभा नहीं है भी किसे तुसीं चापलूसी करवाइए, इह साडे इतिहास विच है ही नहीं। पर गल यह राजन भी जिहड़ी गल, जिहड़ा सुभा तेरा ना, उस सुभा मुताबक नहीं सी चलना, असी अपनी मर्जी मुताबक चलना सी, रब दी रजा विच तुरन वाले जीव हाँ, असी तेरे मुताबक नहीं। किवें तेरे घर गुरु साहब कहिंदे चल वड़ांगे, कोई गल नहीं, सानू कोई तेरे घर, तेरे परिवार, तेरे बच्चा ना नफरत नहीं है, कुदरत के सब बंदे ने, तू भी कुदरत दा बंदा गा, पर गल यह आ भी तेरा दरवाजा बहुत छोटा, तेरा दरवाजा छोटा, वह दरवाजे थानी दी लंघिया नहीं जाना। राजा यह गल सुन के फिर हैरान, गुरु साहब के चरण पकड़ दे, कहिंदा सच्चे पातशाह जिहड़ा तुसीं बार बार कह रहे हो ना तेरा दरवाजा छोटा गा, उहदा कारण की है, मेरा दरवाजा तां एडा वड्डा, राजे महाराजे मैथों छोटे मंत्री आउंदे ने, सिद्धण सिद्धे घोड़िया ते हाथियां ते चढ़े हो अंदर लंघ जांदे आ, तेरे कोले कोई साधन भी ना, घोड़ा ना कोई हाथी, तू कल्ला ही आ, इक नाल तेरे व्यक्ति आ, दोवें जाणा भाव तुहाडे लई बहुत वड्डा रस्ता छोटा रस्ता नहीं है, जम नूं रमज खुल्ह के दसो। गुरु साहब कहिंदे असीं कल्ले नहीं, आ जिन्हां तो स्पैशल तू बैठा ना अपना आसन ला के, इन्हां ने भी नाल जाना, जे सारयां नूं अंदर वाड़ लेंगा तां देख ला, सारयां नूं अंदर लै जाएगा ना, देख ला। ते उत्थों राजे ने की कहा, नहीं सच्चे पातशाह ये तो गरीब लोग ने, यह कित्थे मेरे राज महल जा बणनगे, नहीं 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 इन्हां नूं नहीं मिलना, आपां इन्हां नूं नहीं अंदर लैके जाना गा, ये तो आम ने, आपां उत्थे खास बन के जाना। गुरु साहब कहिंदे बस इसे गल करके तेरे राज महल का दरवाजा छोटा गा, इन्नी संगत मेरे नाल जाएगी, जे सारयां नूं थां मिलेगी तो जावांगे, जे थां नहीं मिलती फिर कदे भी नहीं जावांगे, फिर तू जा सकदा, सानू तेरे वर्गे राजा दी कोई परवाह नहीं है। राजा गुरु पातशाह दे चरणी ढह पिया, अपने वालों हाथ जोड़ के बेनती की, सच्चे पातशाह मैं हुण कोई स्पैशल आसन स्पैशल चौंकी नहीं लगावांगा, स्पैशल राजा बन के नहीं रहांगा, कृपा करो तुसी जिवें भी चाहो उवें मेरे घर चलो, भावें समुची संगत नूं नाल लेके जावो ते भावें कल्ले लेके जावो, मेरे हुण अंदर दा दरवाजा मैनूं पता लग गया, वह खुल गया। बाहरी तौर ते भावें दरवाजा ना मेरे महलां दा बहुत वड्डा, पर अंदर दा दरवाजा मेरा अज बड़ा होया गा, मैं इन्हां नूं अपने घर विच तेरे हुक्म मुताबक थां देवांगा, इन्हां नाल मैं दुर्व्यहार नहीं करांगा, जिस तों बाद इन्हां नाल मैं प्यार करांगा। कहण तों भाव गुरु पातशाह ने कुचीन दे विच ओह सम्राट राजे नूं, हंकारी राजे नूं, उहदा हंकार तोड़ के आम संगत नाल मिला के उहदे जीवन नूं बदल दित्ता, उहदे जीवन नूं बदल दित्ता। बस कहण तों भाव जिन्हां दे जीवन विच गुरु अकाल पुरख वाहिगुरु जी दर्शनों की तांग होंदी है ना, ते फिर वो अपने जीवन विचों बड़प्पण हंकार
ਭਾਵ ਸਾਰੀਆਂ ਜਿਹੜੀਆਂ ਲੋਭ ਰੂਪੀ ਰੱਤ ਹੈ ਉਹ ਚੀਜ਼ਾਂ ਨੂੰ ਕੱਢ ਕੇ ਇੱਕ ਨਿਮਰਤਾ ਦੇ ਅਧੀਨ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ। ਤਾਂ ਇੱਕ ਆਪਣੀ ਬੋਲੀ ਹੁੰਦੀ ਹੈ ਨਾ ਵੀ ਸਤਿਗੁਰਾਂ ਦੀ ਸ਼ਰਨ ਵਿੱਚ ਸਭ ਇੱਕੋ ਜਿਹੇ ਹੁੰਦੇ ਨੇ, ਕੋਈ ਇੱਥੇ ਵੱਡਾ ਨਹੀਂ ਅਤੇ ਕੋਈ ਇੱਥੇ ਛੋਟਾ ਨਹੀਂ। ਕਿਸੇ ਸਕੂਲ ਦੇ ਵਿੱਚੋਂ ਆਪਾਂ ਆਧਾਰ ਲੈ ਸਕਦੇ ਹਾਂ ਵੀ ਸਕੂਲ ਦੇ ਵਿੱਚ ਇੱਕੋ ਜਿਹੀ ਵਰਦੀ ਆ ਸਾਰੇ ਬੱਚਿਆਂ ਦੀ। ਕੋਈ ਉਹ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਸ਼ਾਇਦ ਦੋ ਡੰਗ ਦੀ ਰੋਟੀ ਵੀ ਨਹੀਂ ਪਕਾ ਸਕਦੇ, ਬਹੁਤੇ ਉਹ ਨੇ ਜਿਨ੍ਹਾਂ ਦੇ ਮਾਤਾ ਪਿਤਾ ਧਰ ਧਰ ਭੁੱਲਦੇ ਨੇ, ਪਤਾ ਨਹੀਂ ਵੀ ਕਿੰਨੀ ਘਰ ਦੇ ਵਿੱਚ ਅਮੀਰੀ ਆ, ਪਰ ਵਰਦੀ ਦੋਨਾਂ ਦੇ ਇੱਕੋ ਜਿਹੇ। ਦਾ ਕਾਰਨ ਵੀ ਇੱਥੇ ਕਲਾਸ ਵਿੱਚ ਬੈਠੇ ਇੱਕੋ ਜਿਹੀ ਜਾਪਣ, ਵੱਡੇ ਛੋਟੇ ਦਾ ਪਤਾ ਨਹੀਂ ਲੱਗੇ, ਗੁਰੂ ਕੋਲੇ ਆਪਾਂ ਸਾਰੇ ਇੱਕੋ ਜਿਹੇ ਜਪ ਗਏ, ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਅਕਾਲ ਪੁਰਖ ਵਾਹਿਗੁਰੂ ਦਰਸ਼ਨ ਕਰ ਸਕਦਾ ਹੈ। ਜੇ ਕਿਤੇ ਅੰਦਰ ਥੋੜ੍ਹੀ ਬਹੁਤੀ ਇੱਦਾਂ ਦੀ ਭਾਵਨਾ ਬਣ ਗਈ, ਫਿਰ ਪਾਤਸ਼ਾਹ ਜੀ ਕਹਿੰਦੇ ਕਦੇ ਵੀ ਸੰਗਤ ਵਿੱਚੋਂ ਪਾਸੇ ਹੋ ਕੇ ਗੁਰੂ ਦੇ ਸਪੈਸ਼ਲ ਦਰਸ਼ਨ ਤੂੰ ਨਹੀਂ ਕਰ ਸਕੇਗਾ। ਇਹ ਤੇਰੇ ਗੁਰੂ ਦੇ ਇਤਿਹਾਸ ਵਿੱਚ ਅੱਖਰ ਛਪਿਆ ਨਹੀਂ ਵੀ ਗੁਰੂ ਸਾਹਿਬ ਸਪੈਸ਼ਲ ਦਰਸ਼ਨ ਦੇ ਨਾ। ਅੱਜ ਦੇ ਬਾਬੇ ਹੋ ਸਕਦੇ ਆ ਵੀ ਭੋਰਿਆਂ ਦੇ ਵਿੱਚ ਸਪੈਸ਼ਲ ਕੇਵਲ ਅਮੀਰਾਂ ਨੂੰ ਦਰਸ਼ਨ ਦੇਣ, ਆਮ ਨੂੰ ਨਹੀਂ ਅਮੀਰਾਂ ਨੂੰ ਸਪੈਸ਼ਲ ਦਰਸ਼ਨ। ਇਹ ਬਾਬੇ ਨਾਨਕ ਦਾ ਸੁਭਾਅ ਨਹੀਂ, ਬਾਬਾ ਨਾਨਕ ਰੜੇ ਮੈਦਾਨ 'ਚ ਬੈਠਾ ਹੈਗਾ, ਉਹ ਕਹਿੰਦਾ ਜੋ ਮਰਜ਼ੀ ਆਓ, ਠੀਕ ਹੈ ਨਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਤਿੱਤ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਏ। ਮੇਰੇ ਜੀਵਨ ਵਿੱਚੋਂ ਹੰਕਾਰ ਦੀ, ਲੋਭ ਰੂਪੀ ਰੱਤ ਦੀ, ਵਿਸ਼ੇ ਵਿਕਾਰਾਂ ਦੀ ਮੈਲ ਆ ਨਾ ਉਹ ਨਿਕਲ ਗਈ, ਅਤੇ ਹੁਣ ਕੀ ਆ, ਹੁਣ ਮੈਂ ਗੁਰੂ ਦੇ ਦਰਸ਼ਨ ਕਰ ਲਏ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਗਾ, ਕਾਂਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਚਲੋ ਅੱਜ ਦੀ ਇਸ ਗੱਲ ਨਾਲ ਉਹ ਮਿਲਵੀਂ ਗੱਲ ਆਪਣੇ ਧਿਆਨ 'ਚ ਆ ਗਈ, ਯਾਦ ਆ ਗਈ ਬਾਬਾ ਫਰੀਦ ਸਾਹਿਬ ਜੀ ਦਾ ਸਲੋਕ, ਹੈ ਨਾ, ਤੁਸੀਂ ਸਭ ਨੇ ਸੁਣਿਆ ਹੋਵੇਗਾ। ਅਤੇ ਚਲੋ ਸੁਣਿਆ ਤਾਂ ਇੱਕ ਅਲੱਗ ਚੀਜ਼ ਆ, ਅਤੇ ਇਹ ਫੋਟੋ ਵੀ ਤੁਸੀਂ ਵੇਖੀ ਹੋਵੇਗੀ, ਆਉਣ ਵਾਲੇ ਦਿਨਾਂ 'ਚ ਬਾਬਾ ਫਰੀਦ ਜੀ ਦਾ ਨਾ ਆਗਮਨ ਪੁਰਬ ਮਨਾ ਰਹੇ ਨੇ, ਮਤਲਬ ਬਾਬਾ ਫਰੀਦ ਸਾਹਿਬ ਜੀ ਦਾ ਫਰੀਦਕੋਟ ਦੀ ਧਰਤੀ। ਹੁਣ ਬਾਬਾ ਫਰੀਦ ਸਾਹਿਬ ਜੀ ਦੀ ਉਹ ਇੱਕ ਤਸਵੀਰ ਦੇਖਿਓ, ਬੇਸ਼ੱਕ ਗੁਰੂ ਦਾ ਪਿਆਰਾ ਤਸਵੀਰਾਂ ਨੂੰ ਮਾਨਤਾ ਨਹੀਂ ਦਿੰਦਾ, ਪਰ ਉਹ ਤਸਵੀਰ ਵੇਖਿਓ ਜਿਹਦੇ ਵਿੱਚ ਨਾ ਇੱਦਾਂ ਇੱਕ ਰੁੱਖ ਬਣਿਆ ਹੋਇਆ ਹੈਗਾ ਸੁੱਕਾ, ਅਤੇ ਉਹਦੇ ਉੱਪਰ ਕਾਂ ਬੈਠੇ ਨੇ, ਅਤੇ ਬਾਬਾ ਫਰੀਦ ਸਾਹਿਬ ਥੱਲੇ ਪਏ ਨੇ, ਅਤੇ ਆਪਣੀਆਂ ਅੱਖਾਂ ਵੱਲ ਦੋ ਇੱਦਾਂ ਦੀਆਂ ਉਂਗਲਾਂ ਕੀਤੀਆਂ ਹੋਈਆਂ ਨੇ, ਸ਼ਾਇਦ ਉਹ ਬਾਹਰੀ ਤੌਰ 'ਤੇ ਨਕਸ਼ਾ ਹੈਗਾ, ਅਤੇ ਜਿਹੜੀ ਗੱਲ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਚਿੱਤਰਕਾਰ ਨੇ ਉਹ ਨਹੀਂ ਬਣਾਈ ਗਈ, ਜਿਹੜੀ ਗੱਲ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਨਾ ਚਿੱਤਰਕਾਰ ਨੇ ਉਹ ਨਹੀਂ ਕਹੀ ਉੱਥੇ ਗੱਲ, ਉੱਥੇ ਇੱਕ ਬਾਹਰੀ ਤੌਰ 'ਤੇ ਨਮੂਨਾ ਬਣਾ ਦਿੱਤਾ। ਹੁਣ ਬਾਬਾ ਫਰੀਦ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਬਾਹਰੀ ਤੌਰ 'ਤੇ ਕਾਂ ਨੂੰ ਥੋੜ੍ਹੀ ਕਹੀ ਆ, ਪਰ ਉੱਥੇ ਨਮੂਨਾ ਫੋਟੋ ਬਣਾਉਣ ਵਾਲੇ ਬਣਾਤਾ, ਅਸੀਂ ਮੰਨ ਲਿਆ, ਬਸ ਇੱਥੇ ਕੀ ਕਹਿੰਦੇ ਭੁਲੇਖਾ ਪੈ ਗਿਆ ਨਾ। ਅਤੇ ਜੇ ਗੁਰੂ ਨੂੰ ਸੁਣਿਆ ਹੁੰਦਾ, ਮੰਨ ਲਓ ਬਾਬਾ ਫਰੀਦ ਸਾਹਿਬ ਨੂੰ ਸੁਣਿਆ ਹੁੰਦਾ, ਉਹਦੀ ਗੱਲ ਨੂੰ ਰਮਜ ਨੂੰ ਸਮਝਿਆ ਹੁੰਦਾ, ਫਿਰ ਅਸੀਂ ਬਾਹਰੀ ਤੌਰ 'ਤੇ ਆਪਣਾ ਧਿਆਨ ਕਦੇ ਨਹੀਂ ਸੀ ਲਿਜਾਂਦੇ, ਫਿਰ ਆਪਾਂ ਅੰਦਰੂਨੀ ਤਲ 'ਤੇ ਦੇਖਣਾ ਸੀ। ਹੁਣ ਬਾਬਾ ਫਰੀਦ ਸਾਹਿਬ ਜੀ ਦਾ ਜਿਹੜਾ ਬਾਹਰੀ ਨਮੂਨਾ ਉਹ ਕੀ ਹੈ, ਫੋਟੋ ਬਣੀ ਆ, ਫਰੀਦ ਸਾਹਿਬ ਨੰਗੇ ਪਿੰਡੇ ਨਿਰਵਸਤਰ ਸਨਮੁੱਖ ਪਏ ਨੇ, ਜਿਹੜਾ ਸਰੀਰ ਆ ਉਹ ਇੱਕ ਮੌਲਾ ਹੋਇਆ ਪਿਆ, ਬੁੱਢਾ ਹੋਇਆ ਪਿਆ ਹੈਗਾ, ਅਤੇ ਉੱਤਰ ਉੱਪਰ ਕਾਂ ਬੈਠੇ ਨੇਗੇ, ਕਾਂ ਨੇ ਉਹ ਆਪਣੀਆਂ ਉਂਗਲਾਂ ਹੱਥ ਆਪਣੀਆਂ ਅੱਖਾਂ ਵੱਲ ਕਰਕੇ ਇਸ਼ਾਰਾ ਕਰ ਰਹੇ ਨੇ, ਕਾਂਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਉੱਥੇ ਅਰਥ ਕੀ ਬਣਾ ਤੇ, ਭਾਵੇਂ ਮੇਰਾ ਸਾਰਾ ਮਾਸ ਖਾ ਜਾ, ਫਿਰ ਕੀ ਆ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਹੁਣ ਉੱਥੇ ਜ਼ਿਕਰ ਕੀਤਾ ਸਾਰਾ ਮਾਸ ਖਾ ਜਾ, ਤੇ ਇਹ ਦੋ ਅੱਖਾਂ ਨਾ ਖਾਈ, ਤੇ ਇਹ ਅੱਖਾਂ ਨਾਲ ਮੈਂ ਅਜੇ ਮੇਰੇ ਮਾਲਕ ਦੇ ਨਾ ਮੇਰੇ ਰੱਬ ਜੀ ਦੇ ਅੱਲਾ ਦੇ ਖੁਦਾ ਦੇ ਦਰਸ਼ਨ ਕਰਨੇ ਨੇ। ਹੁਣ ਪਿਆਰ ਵਾਲੇ ਸੋਚੋ, ਗੁਰਬਾਣੀ ਦੇ ਵਿੱਚ ਇੱਕ ਨਹੀਂ, ਆਪਾਂ ਅਨੇਕਾਂ ਵਾਰੀ ਸੁਣਦੇ ਹਾਂ, ਆਹ ਦੁਨਿਆਵੀ ਤਲ 'ਤੇ ਦਰਸ਼ਨਾਂ ਦੀ ਗੱਲ ਬਹੁਤ ਘੱਟ ਆਉਂਦੀ ਆ, ਆਉਂਦੀ ਨਹੀਂ ਹੈ। ਜੇ ਇਹਨਾਂ ਦੀ ਆਉਂਦੀ ਆ ਤੇ ਫਿਰ ਪ੍ਰਿਥੀ ਚੰਦ ਤਾਂ ਪਾਸ ਹੋ ਜਾਂਦਾ, ਰਾਮ ਰਾਏ ਵਰਗੇ ਪਾਸ ਹੋ ਜਾਂਦੇ, ਧੀਰਮਲ ਵਰਗੇ ਪਾਸ ਹੋ ਜਾਂਦੇ, ਮਿਹਰਵਾਨ ਵਰਗੇ, ਕੰਕਣ ਵਰਗੇ, ਹਰਜੀ ਵਰਗੇ ਪਾਸ ਹੋ ਜਾਂਦੇ, ਉਹ ਫੇਲ ਹੋ ਗਏ। ਉਹ ਲੈ ਉਹ ਜਿਹਨਾਂ ਦਾ ਆਪਾਂ ਜ਼ਿਕਰ ਕੀਤਾ ਨੇ, ਉਹ ਲੋਕ ਨੇ ਜਿਹੜੇ ਗੁਰੂ ਕੋਲ 24 ਘੰਟੇ ਰਹਿੰਦੇ ਨੇਗੇ ਪਰ ਪਾਸ ਨਹੀਂ ਹੋ ਸਕੇਗੇ।
जे आ अखां नाल वेख के जीवन नूं सुधारन दा कोई तरीका सानूं मिलदा हुंदा नहीं, फिर बाबा फरीद साहब जी किवें गल कह सकदे ने? कदे नहीं हो सकेगा ये, वो दुनियावी तल ते अपनियां आ अखां दे नाल वो अकाल पुरख वाहिगुरु दर्शन करना चाहुंदे होण। हाँ, इन्हां अखां नाल कुदरत नूं वेखदे आ आपां, कुदरत च परमात्मा, वह कुदरत दे विच जिहड़ा परमात्मा ना उहनूं सुरत दी अख वेंदी आ, उहनूं सुरत दी अख ने वेखणा, वह दुनियावी तल ते अख नहीं वेखदी। दुनियावी तल ते अख तां सानू जजमेंट वास्ते लाई है, भी ये चंगा ये मंदा ये परख करन वास्ते लाई है, अंदरों दर्शन होना दीदार होना गा। चलो हुण वारी तौर ते इशारा की कर दिता, मेरा मास दा शरीर आ जिहड़ा ये भावे तुसी सारा खा लो चब लो मैनू कोई एतराज नहीं, पर मेरिया आ जिहड़ियां दो अखां ना इन्हां नूं ना तुसी खायो, नहीं प्यार वालो शायद मैं माफ़ी चाहांगा, इदां दी कोई विचार नहीं है। भुल के भी अपने दिमाग में इदां दी विचार ना लेके जायो, क्यों गुरबाणी की कली कली गल नूं आपां नूं समझना पवेगा, फिर आपां गुरु दे नेड़े हो सकदे आ, गुरु दा दीदार कर सकदे आ। सच जाणो, गुरु नानक साहब ने लिखिया ना, मैं मूर्ख की केतक बात है कोट पराधी तरिया रे, गुरु नानक जिन सुनिया पेखिया। हुण तुसीं इस पंक्ति नूं सुन लो, बस सुनना किवें आ, उत्थे लिखिया बाबे नानक ने, मैं मूर्ख की केतक बात कोट पराधी तरिया रे, मैं अपराधी हाँ, करोड़ों अपराध किए ने, तर गया मैं भाई, कोट अपराधी तरिया रे, अगो तरिया किवें आ, गुरु नानक, गुरु नानक साहब कह रहे ने जिन सुनिया। अच्छा, दर्शन सुनन करके होने ने, दर्शन देखण करके नहीं। गुरु नानक जिन सुनिया, फिर अगे की लिखिया पेखिया, जिन्हां ने सुन लिया उन्होंने वेख लिया। हुण राजा गुरु नानक साहब को गया, आप उदाहरण लेती सुन, कुचीन दा राजा गया ना गुरु नानक साहब को, अपनी अखां नाल गुरु नानक साहब नूं देख लिया, की जीवन सफल हो गया ना, गुरु नानक साहब झाके भी नहीं कन्नी, गुरु नानक साहब ने तो उन्हां दी परवाह नहीं मनी, अपनियां अखां दे नाल राजे ने गुरु नानक साहब नूं बिलकुल साफ नज़र वेख्या, पैर दे गूठे तो सिर दी चोटी तक वेख लिया, पर शांति नहीं मिली देखण दे नाल। शांति कदों मिली आ, जदों गुरु नानक दे बोल सुन ले उदों अंदरों शांति मिली आ। कहिंदा हुण मैं तेरी गल नाल सहमत आ, मैनूं पता लग गया वी जो मेरे दिमाग विच ना भुलेखा, जो मेरे दिमाग दे विच शंका गा, उह निकल गया हुण, तैनूं देखण नाल नहीं गति मिलनी, तैनूं सुनण नाल गति मिलनी आ। गुरु नानक ने यही गल कही ना, जिन्ने आ लोग बैठे जिन्होंने तू नीच कहना, जिन्हों तू स्पैशल आसन ला के तू बरोबर बैठागा, यही सारियां नूं नाल लेके जाना, पूजी चल वड़ेगा नाल लेके ना, फिर दर्शन हो सकते नहीं नहीं होने गए। भाव गुरु नानक की गल नूं सुन के ना वह राजे ने मन लिया, पर अज असी नहीं मनियागा, असी कहने नहीं असी अखां नाल वेखांगे, सुनना कोई नहीं है। अज जिन्नियां तकलीफां, जिन्नियां औंकड़ां, जिन्नियां मुश्किलां बनियां ना, वह गुरु नानक साहब नूं ना सुनन करके, जिदे सुनन लग गए ना समझण लग गए, उहदे औंकड़ खत्म आ, तकलीफ खत्म आ, लड़ाई खत्म आ, कलेस खत्म आ, सब कुछ खत्म आ, जिदे सुन लिया, हुण सुनिया नहीं है, अजे कमी आ किते ना किते जरूर। चलो, जो अपनी विचार सी, बाबा फरीद साहब जी कहिंदे दे अखां नाल नहीं, इत्थे भाव अंदरूनी लेवल ते मैं कुछ कहा, मेरी गल नूं समझो, इस रमज नूं तुसीं अंदर लेके जावो। हुण उह कां किहड़ा, उह जिहड़ा कां रब ने बनाया ना, परमात्मा ने कां नूं जन्म दित्ता काले रंग दा कां, उह कां दी गल नहीं है इत्थे। कां किहड़ा गा, काम कां है, क्रोध कां है, लोभ कां है, मोह हंकार कां है, कां ना, इन्हां कामां ने रब दा दीदार नहीं होण दित्ता गा। बाहरला कां तां कुछ नहीं कहिंदा गा, उह नहीं कुछ कहिंदा गा। अच्छा, उत्थे फिर कां नूं बाबा फरीद साहब कोले किन्ना माड़ा विखाता, भी कां ठुंगा मारदा बाबा फरीद साहब दे शरीर ते, ते इन्हां लोकां ने ही, जिन्हां ने कहानियां लिखियां ना, इन्हां लोकां ने ही कां रामदास महाराज दी उह सरोवर दरबार साहब दी नगरी विच सरोवर च वाड़ते, ते दूजे बने चिट्टे करके कढ़ते। देखो इन्हां लोकां दीआं कहानियां जिहड़ियां कैसियां बणाईआं ने, जिहड़ियां सानूं उलझा रहीआं नेगीआं, फिर उह अज कां क्यों नहीं चिट्टे हुंदे गे? नहीं, जो वाहिगुरू ने परमात्मा ने कां बणाया ना, उह कां नूं जिहो जिहा रंग दित्ता गा उहो जिहा रहेगा, ते उह कां दे रंग नूं असीं अपने तौर ते नहीं बदल सकांगे, ना उहदे सुभाअ नूं बदल सकीए, उह तां जिहो जिहा परमात्मा ने दित्ता गा। हुण कां नूं देखिआ कदे स्पैशल चोरी पैंदी,
चलो जी स्पैशल चोरी पै भी गई, स्पैशल चोरी खांदा ना उहदा सुभाग आ गंद च ठुंगा मारनी उह मारेगा, उह रब्बी सुभा, ठीक है ना। इस करके बाहरी तौर ते नहीं उह कां केड़ा गा भाई, उह कां ने साडे अंदर दे विशे वकार ते इह विशे वकार ना गुरु दी गल सुन नहीं दिंदे, ਇਹ ਵਿਸ਼ੇ ਵਿਕਾਰ ਸਾਨੂੰ ਭਟਕਾ ਦਿੰਦੇ ਨੇ। ਤਾਈਓ ਫਰੀਦ ਸਾਹਿਬ ਨੇ ਕਿਹਾ ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਦੋਏ ਨੈਣਾ ਮਤ ਸ਼ੋਹੋ, ਫਿਰ ਦੇਖਣ ਕੀ ਆਸ ਭਾਵ ਕੀ ਸੀ ਪੂਰੇ ਦਾ ਪੂਰਾ ਸਰੀਰ ਨਾ ਬੁੜਾ ਹੋ ਗਿਆ, ਹੱਡ ਗੋਡੇ ਮੋਢੇ ਸਭ ਖੜ ਗਏ, ਭਾਵ ਉਹ ਵਿਸ਼ੇ ਵਿਕਾਰਾਂ ਨੇ ਕਮਜ਼ੋਰ ਕਰਤੇ। ਅੱਜ ਕੀ ਆ ਉਹ ਨੌ ਵਰਨਾਉ ਨੇ ਉਹ ਨਹੀਂ ਘਟੇ, ਉਹਨਾਂ ਦੀ ਤਾਕਤ ਉਹਨਾਂ ਦੀ ਸੱਤਿਆ ਨਹੀਂ ਖਤਮ ਹੋਏਗੀ। ਵਾਹਿਗੁਰੂ ਭਲਾ ਕਰੇ ਜੋ ਅਗਲੇ ਲਫ਼ਜ਼ ਨੇ ਮੈਂ ਇੱਥੇ ਮਾਫ਼ੀ ਮੰਗਾਂਗਾ ਵੀ ਮੈਂ ਨਹੀਂ ਬੋਲ ਸਕਾਂਗਾ ਜੋ ਗੁਰੂ ਸਾਹਿਬ ਕਹਿੰਦੇ ਨੇਗੇ। ਭਾਵ ਸਰੀਰ ਬੁੱਢਾ ਹੋ ਗਿਆ ਤੇ ਅੰਦਰੋਂ ਉਹ ਕਾਮਾਂ ਵਾਲੀ ਬਿਰਤੀ ਖਤਮ ਨਹੀਂ ਜੇ ਹੋ ਗਈ ਤਾਂ ਕਹਿ ਦੱਸ ਦਿਓ ਭਾਈ, ਜੇ ਹੋ ਗਈ ਦੱਸ ਦਿਓ। ਅਤੇ ਨਹੀਂ ਬਾਬਾ ਅਜੀਤ ਸਿੰਘ ਵਰਗਿਆਂ ਨੇ ਦ੍ਰਿਸ਼ਟਾਂਤ ਆਪਾਂ ਬੜੇ ਵਾਰੀ ਲੈਤੇ ਨੇਗੇ, ਅੰਦਰੋਂ ਸਰੀਰ ਬਾਹਰੋਂ ਸਰੀਰ ਬੁੱਢਾ ਹੋ ਗਿਆ ਨਾ, ਪਰ ਵਿਰਤੀ ਉਹ ਕਾਂ ਜੇ ਕਾਮ ਕ੍ਰੋਧ ਲੋਭ ਹੰਕਾਰ ਠੁੰਗਾ ਮਾਰਦੇ ਨੇ, ਜਿੰਨਾ ਟਾਈਮ ਉਹ ਠੁੰਗਾ ਮਾਰਨ ਨੂੰ ਨਹੀਂ ਹਟਦੇ ਉਹਨਾਂ ਟਾਈਮ ਅਸੀਂ ਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਨਹੀਂ ਕਰ ਸਕਾਂਗੇ। ਗਰੰਟੀ ਆ ਉਹਨਾਂ ਵਕਤ ਅਸੀਂ ਦਰਸ਼ਨ ਨਹੀਂ ਕਰ ਸਕਾਂਗੇ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਫਿਰ ਭਾਈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਾਵਾਂ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਗਾ ਬੇਸ਼ੱਕ ਤੁਸੀਂ ਮੇਰਾ ਸਾਰਾ ਸਰੀਰ ਖਾ ਲਿਆ ਕੋਈ ਗੱਲ ਨਹੀਂ, ਪਰ ਅਜੇ ਵੀ ਮੇਰੇ ਅੰਦਰ ਉਹ ਪਰਮਾਤਮਾ ਦਾ ਦੀਦਾਰ ਕਰਨ ਦੀ ਭਾਵਨਾ ਤਮੰਨਾ ਹੈ, ਅਜੇ ਵੀ ਹੈ। ਬੇਸ਼ੱਕ ਉਹ ਖੁਦ ਪਰਮਾਤਮਾ ਦਾ ਰੂਪ ਨੇ, ਪਰਮਾਤਮਾ ਦਾ ਰੋਜ਼ ਦੀਦਾਰ ਕਰਦੇ ਨੇ, ਪਰ ਉਹਨਾਂ ਨੇ ਆਪਣੇ ਜੀਵਨ 'ਤੇ ਗੱਲ ਲਾ ਕੇ, ਕਿਉਂਕਿ ਰੱਬ ਦੇ ਪਿਆਰਿਆਂ ਦਾ ਸੁਭਾਗ ਆ ਜਿਹੜਾ ਵੈਦ ਆ ਨਾ ਚੰਗਾ ਵੈਦ ਆ, ਜਿਹੜਾ ਚੰਗਾ ਵੈਦ ਜਿਹਨੂੰ ਆਪਾਂ ਟੌਪ ਕਹਿ ਦਈਏ, ਉਹ ਜਿਹੜੀ ਵੀ ਦਵਾਈ ਪਹਿਲਾਂ ਬਣਾਉਂਦਾ ਉਹਨੂੰ ਆਪਣੇ 'ਤੇ ਲਾ ਕੇ ਵੇਖਦਾ, ਫਿਰ ਉਹ ਦੂਜਿਆਂ ਨੂੰ ਦਿੰਦਾ ਗਾ। ਇਹ ਨਹੀਂ ਹੈ ਵੀ ਦਵਾਈ ਬਣਾ ਲਈ ਤੇ ਦੂਜਿਆਂ ਨੂੰ ਦੇਤੀ, ਭਾਵ ਤੁਸੀਂ ਮਰੋ ਚਾਹੇ ਜਿਉਂਦੇ ਰਹੋ, ਬਿਮਾਰੀ ਕੱਟੀ ਜਾਵੇ ਚਾਹੇ ਨਾ ਕੱਟੀ ਜਾਵੇ, ਪਹਿਲਾਂ ਉਹ ਆਪ ਇਸਤੇਮਾਲ ਕਰਦਾ ਵੀ ਜੋ ਦਵਾਈ ਤਿਆਰ ਕੀਤੀ ਆ ਵੀ ਇਹਦਾ ਨੁਕਸਾਨ ਫਾਇਦਾ ਹੈ ਜਾਂ ਨਹੀਂ ਹੈ, ਜਿਹੜਾ ਸਿਆਣਾ ਵੈਦ ਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਬਾਬਾ ਫਰੀਦ ਸਾਹਿਬ ਵਰਗੀਆਂ ਰੂਹਾਂ ਨਾ ਇਹ ਸਿਆਣੇ ਵੈਦ ਨੇ ਭਾਈ, ਇਹ ਪਹਿਲਾਂ ਉਹ ਆਪਣੇ ਜੀਵਨ ਵਿੱਚ ਗੱਲ ਆਪਣੇ ਵੱਲ ਹੱਥ ਕਰਕੇ ਕਹਿੰਦੇ ਨੇ ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਹਾਲਾਂਕਿ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਵਿੱਚ ਰਾਈ ਭਰ ਵੀ ਕਿਤੇ ਨੁਕਸਾਨ ਵਾਲਾ ਵਿਸ਼ਾ ਨਹੀਂ ਹੈ, ਜਿੱਥੇ ਨੁਕਸਾਨ ਹੁੰਦਾ ਹੋਵੇ ਉਹਨਾਂ ਦੀ ਜ਼ਿੰਦਗੀ ਏ ਤੋਂ ਜ਼ੈਡ ਤੱਕ ਕੀ ਆ ਇੱਕ ਨੰਬਰ ਦੀ ਆ ਨਾ, ਉਹਨਾਂ ਦੀ ਜ਼ਿੰਦਗੀ 'ਚ ਤਾਂ ਵਿਸ਼ੇ ਵਿਕਾਰਾਂ ਤੋਂ ਉਪਰਾਮ ਨੇ। ਪਰ ਫਿਰ ਵੀ ਇੱਥੇ ਬਾਬਾ ਫਰੀਦ ਸਾਹਿਬ ਨੇ ਸਾਨੂੰ ਸਮਝਾਉਂਦੇ ਦੀ ਗੱਲ ਕੀਤੀ ਆ ਵੀ ਭਾਈ ਬਾਹਰੀ ਕਾਂ ਨਹੀਂ, ਇਹ ਜਦੋਂ ਅੰਦਰਲੇ ਕਾਂ ਸਾਡੇ ਠੁੰਗਾ ਮਾਰਨੋਂ ਹਟ ਗਏ ਨਾ ਉਹਦੇ ਅਸੀਂ ਗੁਰੂ ਦੇ ਦਰਸ਼ਨ ਕਰ ਲਵਾਂਗੇ। ਅਜੇ ਸਾਨੂੰ ਅੰਦਰਲੇ ਕਾਂ ਠੁੰਗਾ ਮਾਰ ਰਹੇ ਨੇ, ਆਪਣੀਆਂ ਸੁਰਤ ਦੀ ਅੱਖ ਨਾਲ ਨਾ ਅੰਦਰਲੇ ਕਾਂ ਵੱਲ ਵੇਖ, ਬਾਹਰਲੇ ਕਾਂ ਵੱਲ ਨਾ ਦੇਖੋ। ਜੋ ਫਰੀਦ ਸਾਹਿਬ ਦੀ ਫੋਟੋ ਬਣਾਈ ਹੈ ਨਾ ਉਹਦੇ ਵੱਲ ਨਾ ਮੂੰਹ ਚੱਕ ਕੇ ਝਾਕ, ਉਹਦੇ ਵੱਲੋਂ ਆਪਣਾ ਮੂੰਹ ਪਾਸੇ ਕਰ ਲਾ, ਤੂੰ ਉਹਦੇ ਵੱਲ ਝਾਕ ਰਿਹਾ ਰੇ, ਉਹਦੇ ਵੱਲੋਂ ਪਾਸੇ ਹਟ ਜਾ, ਬਸ ਅੰਦਰ ਨਿਗਾਹ ਮਾਰ ਕੇ ਵੇਖ ਸਾਡੇ ਅੰਦਰ ਕਿਹੜਾ ਕਾਂਗ ਆ ਜਿਹੜਾ ਠੁੰਗਾ ਮਾਰ ਰਿਹਾ ਗਾ। ਜਿੱਦੇ ਉਹ ਠੁੰਗਾ ਮਾਰਨੋਂ ਹਟ ਗਏ ਫਿਰ ਪਾਤਸ਼ਾਹ ਕਹਿੰਦੇ ਦਰਸ਼ਨ ਹੋ ਜਾਣੇ ਨੇ। ਇੱਥੇ ਪਾਤਸ਼ਾਹ ਨੇ ਜ਼ਿਕਰ ਕੀਤਾ ਸੀ ਮੇਰਾ ਪ੍ਰਭ ਮੇਲ ਮਲਾਈ, ਮੇਰਾ ਪ੍ਰਭ ਮੇਲ ਮਲਾਈ, ਫਿਰ ਮੇਰਾ ਉਹ ਵਾਹਿਗੁਰੂ ਜੀ ਦੇ ਨਾਲ ਨਾ ਭਾਈ ਮੇਲ ਮਲਾਪ ਹੋ ਗਿਆ। ਅੱਗੇ ਪਾਸੇ ਜ਼ਿਕਰ ਕਰਦੇ ਨੇ ਗੁਰਮਤਿ ਪਾਇਆ ਸਹਿਜ ਮਲਾਇਆ ਆਪਣੇ ਪ੍ਰੀਤਮ ਰਾਤੀ, ਹੁਣ ਮੈਂ ਆਪਣੇ ਮਾਲਕ ਦੇ ਰੰਗ ਵਿੱਚ ਰੰਗੀ ਗਈ। ਉਹ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਗਈ। ਰੰਗ ਵਿੱਚ ਰੰਗਣ ਤੋਂ ਭਾਵ ਕੀ ਹੈ ਵੀ ਕੋਈ ਗੁਰੂ ਕੋਲ ਨਾ ਲਾਲ ਹਰਾ ਕਾਲਾ ਪੀਲਾ ਨੀਲਾ ਅਜਿਹਾ ਰੰਗ ਨਹੀਂ ਹੈ ਵੀ ਉਹਦੇ ਰੰਗ ਵਿੱਚ ਸਾਨੂੰ ਸਪੈਸ਼ਲ ਰੰਗ ਦਿੱਤਾ। ਗੁਰੂ ਦੇ ਰੰਗ ਵਿੱਚ ਰੰਗਣ ਤੋਂ ਭਾਵ ਕੀ ਹੈ ਉਹਦੇ ਹੁਕਮ ਵਿੱਚ ਚੱਲਣਾ, ਹੁਕਮ ਰਜਾ ਵਿੱਚ ਰਹਿਣਾ। ਆਪਣੇ ਪ੍ਰੀਤਮ ਆਪਣੇ ਮੈਂ ਮਾਲਕ ਦੇ ਰੰਗ ਵਿੱਚ ਰੰਗੀ ਗਈ, ਹੁਣ ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਜਿਹੜਾ ਰਾਜਾ ਕੁਚੀਨ ਦਾ ਗੁਰੂ ਨਾਨਕ ਸਾਹਿਬ ਕੋਲ ਆਇਆ ਨਾ ਉਹ ਭਾਵ ਗੁਰੂ ਦੇ ਨਾਮ ਰੂਪੀ ਰੰਗ ਵਿੱਚ ਰੰਗਿਆ ਗਿਆ। ਨਾਮ ਮੀਨਜ ਹੁਕਮ, ਹੁਕਮ ਦੇ ਰੰਗ ਵਿੱਚ ਰੰਗਿਆ ਗਿਆ। ਪਹਿਲਾਂ ਤਿੰਨ ਸੁਨੇਹੇ ਲਾਏ, ਗੁਰੂ ਸਾਹਿਬ ਕਹਿੰਦੇ ਤੇਰਾ ਦਰਵਾਜ਼ਾ ਭੀੜਾ ਸਾਥੋਂ ਲੰਘਿਆ ਨਹੀਂ ਜਾਣਾਗਾ,
फिर आप चौथी बार गया ना उदो भी हंकार च ही गया गा गुरु साहब नमस्कार नहीं की गई बरोबर जाके बड़ा बन के बैठ गया आम लोगों नू बखरा जाके बैठा आम नू बखरा बैठा ना गुरु नानक साहब रत्ती पर अख दे फोर जिन्ने समा भी उदे वल तक नहीं पासा कर लिया पौंगे ना गुरु साहब ओदी पौना की है बेइज्जती है जिदे वाल आपां मूंह नहीं कीता अगले दी बेइज्जती है जिदे वाल बार बार देखी जावांगे ना अगला चौड़ा हो जांदा वी खावण की कुछ है मेरे च इदां ही कहानी ना वो आपां पहलां उदाहरण दी कोई आम जिहा बंदा बाबा आ जाए कोई लीडर आ जाए जे तां आपां मंगर मंगर भज ले फिर तां चौड़ा हो जाऊगा जे आप वाल झाके ना ना तके ना आया मुड़ गया चाह पानी पीता ठीक जो संगत की अपनी रह निजी गुरु पातशाह जी दरबार की मत आ ना वो मुताबिक चलिया फिर वो आम फिर खास नहीं है जो खास नहीं है तो उदो बख्शिश लै जाता जो खास बन के आता फिर बख्शिश नहीं होंगी गी फिर कुछ टाइम बाद गुरु नानक साहब के चरण ही डिगना पिया कदों डिगना पिया जो गुरु नानक के रग में रंगया गया हूँ गुरु नानक ने जो मत दिती है ना वह मत मुताबक अपने राज दरबार का महल चौड़ा कर लिया अपने हिरदे का महल दरवाजा वह चौड़ा कर लिया फिर कला गुरु नानक साहब ने गुरु नानक साहब के नाल सारी की सारी कुचीन की संगत भी नाल गई है इनू कह जाता वो रंग में रंगया जाना फिर अगे लास्ट में गुरु साहब जिक्र करते ने नानक नाम मिले वड्याई प्रभ रावै रंग राती फिर वो रंग में रंगया हुआ भाई वड्याई मिलती है फिर वो नाम दे ना जुड़िया हुआ मत नाल जुड़िया हुआ उदा हुक्म मनन वाले जरूर इस जगत में शोभा मिलती है इस जग में शोभा नाम की पर पातशाह जी कहते जगत में शोभा ना वड्याई जी नाम की है कहो नानक सब तेरी वड्याई अपने नाम की नहीं उस की वड्याई है तेरी वड्याई साड़ी नहीं कोई ना ना जाने मेरा साडा तो नाम कोई जानते नहीं सब तेरे करके ये सच्चा गुरु को आने शोभा वड्याई आ गुरु करके आ गुरु को हट जाओ गुरु की मर्यादा मुताबक तुरनों हट जाओ बुरे कामों पै जाओ किसी ने वड्याई नहीं करनी गई वो जिवें कहिंदे आ ना जे मोढ़े ते स्टार लगे ना स्टार करके शाबाश आ भाई सत श्री अकाल ना वो स्टार करके आ जे वो स्टार लाता ना फिर कोई नहीं फतेह बुलाउंदा गा फिर तां वी बन गए इस करके गुरु नाल जुड़िया होण करके ही भाई शोभा है फिर गुरु पातशाह जी कहिंदे सच्चे मार्ग चलदे आ उस्तत करे जहान फिर वह वाहिगुरु परमात्मा उन्हां दी वड्याई दिन दुगनी रात चौगुनी तरक्की बख्शदा है सो अज दी जिहड़ी शब्द दी विचार आ इत्थों तक समाप्त है बोल तो बड़िया भुलां रह जांदियां ने संगत ते गुरु साहब बख्शण योग सब का धन्नवाद जी वाहिगुरु जी का खालसा वाहिगुरु जी की फतेह।